ਨਹੀਂ ਕਰਨਾ ਦੁਸਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਫਤਿਹਪੁਰ ਨਵਾਂ ਪਿੰਡ ਵਿਖੇ ਜਿਹੜਾ ਸ਼ਾਮ ਦੀ ਜਿਹੜੀ ਗਰਾਊਂਡ ਦੀ ਮਿਹਨਤ ਹੈ ਸ਼ੁਰੂ ਕਰ ਦਿੱਤੀ ਆ। ਪਹਿਲਾਂ ਸਵੇਰੇ ਮੋਰਨਿੰਗ ਟਾਈਮ 3 ਵਜੇ ਲਾਉਂਦੇ ਸੀ, ਅਤੇ ਸਾਰੇ ਵੀਰਾਂ ਨੂੰ ਅਸੀਂ ਜੋੜ ਕੇ ਬੇਨਤੀ ਕਿ ਸਾਰੇ ਵੀਰ ਆਉਣ, ਅਤੇ ਬਿਨਾਂ ਕੋਈ ਕੋਚਿੰਗ ਫੀਸ ਦੇ ਜਿਹੜੀ ਮਿਹਨਤ ਲੱਗੂਗੀ, ਤਾਂ ਉਹ ਆਪਾਂ ਅੱਜ ਦੀ ਮਿਹਨਤ ਸ਼ੁਰੂ ਕਰਦੇ ਹਾਂ। ਤਾੜੀ ਮਾਰਿਆ ਕਰੋ, ਤਾੜੀ ਖਿੱਚ ਕੇ ਥੱਲੇ ਪੈਰ ਖੋਲਿਆ ਕਰੋ, ਪੂਰੇ ਸਟੈਚ ਕਰਿਆ ਕਰੋ, ਪੱਟ ਪੁੱਟ ਸਾਰੇ। ਚਲੋ 1 2 ਉਧਰ ਅਗਲੇ ਵੱਲ ਵੇਖ ਲਿਆ ਕਰੋ ਨਾ, ਅਗਲਾ ਕਿੱਦਾਂ ਲਾਉਣ ਦਿਆ। ਖਿੱਚ ਕੇ ਲਓ, ਖਿੱਚ ਕੇ ਸ਼ਾਬਾਸ਼ ਸ਼ਾਬਾਸ਼। ਵਾਰਮ ਅਪ ਐਕਸਰਸਾਈਜ਼ਾਂ ਲਾ ਕੇ ਅਤੇ ਫਿਰ ਅੱਜ ਕਰਦੇ ਹਾਂ ਪੱਟਾਂ ਦੀ ਮਿਹਨਤ ਸ਼ੁਰੂ। ਅਤੇ ਅੱਜ ਵਾਹਵਾ ਚਿਰ ਬਾਅਦ ਪੱਟ ਪੁੱਟ ਲਾਉਣੇ ਆ ਅਤੇ ਵੇਖਦੇ ਹਾਂ ਪਰਫੋਰਮੈਂਸ, ਕਿਉਂਕਿ ਮੈਚ 'ਤੇ ਮੈਚ ਚੜਿਆ ਪਿਆ ਸੀ ਅਤੇ ਸਾਰੇ ਜਣੇ ਮੈਚ ਖੇਡਦੇ ਸੀ ਅਤੇ ਟਾਈਮ ਨਹੀਂ ਲੱਗਾ ਪੱਟ ਲਾਉਣ ਦਾ। ਅਤੇ ਅੱਜ ਫਿਰ ਪਹਿਲਵਾਨ ਕਾਬੂ ਆਏ ਆ, ਵਿਹਲਾ ਸੀ ਅਤੇ ਮੈਂ ਚੱਲ ਅੱਜ ਪੱਟ ਲਵਾਉਣੇ ਸਾਰਿਆਂ ਨੇ। ਜਿਹੜੇ ਇਹਨਾਂ ਦੇ ਪੱਟ ਆ ਉਹ ਵਾਰਮ ਅਪ ਹੋ ਗਏ ਬਿਲਕੁਲ, ਅਤੇ ਇਹ ਤੋਂ ਬਾਅਦ ਥੋੜ੍ਹੀ ਜਿਹੀ ਲੱਕ ਦੇ ਐਕਸਰਸਾਈਜ਼ ਲਾਵਾਂਗੇ 1-2 ਸੈੱਟ, ਅਤੇ ਉਹ ਤੋਂ ਬਾਅਦ ਜਿਹੜੇ ਪੱਟਾਂ ਦਾ ਆਪਣੇ ਵਰਕਆਊਟ ਆ ਆਪਾਂ ਸ਼ੁਰੂ ਕਰਦੇ ਹਾਂ, ਅਤੇ ਨਾਲ ਬਣੇ ਰਹੋ ਸਾਰੇ ਜਣੇ। ਬਿਲਕੁਲ ਛਾਤੀ ਤਾਣ ਕੇ ਅਤੇ ਸਿੱਧਾ ਥੱਲੇ ਨੂੰ ਜਾਣਾ ਹੈ, ਜਿਹੜਾ ਲੱਕ ਆ ਬਿਲਕੁਲ ਪਲੇਨ ਰਹੇ,
ਕੁੱਬ ਨਹੀਂ ਪੈਣਾ ਚਾਹੀਦਾ, ਇਹਦੇ ਨਾਲ ਜਿਹੜਾ ਲੱਕ ਆ ਆਪਣਾ ਬਿਲਕੁਲ ਗਰਮ ਹੋ ਜਾਂਦਾ ਹੈ ਅਤੇ ਆਪਣੇ ਜਿਹੜਾ ਲੱਕ ਦੀ ਦਰਦ ਉਹ ਵੀ ਸਹੀ ਹੋ ਜਾਂਦੀ ਆ, ਲੱਕ ਦੀ ਕੋਈ ਵੀ ਪ੍ਰੋਬਲਮ ਇਹਦੇ ਨਾਲ ਸਹੀ ਹੋ ਜਾਂਦੀ ਆ। ਡੈਡ ਲਿਫਟ ਜਿੱਦਾਂ ਆਪਾਂ ਪਲੇਨ ਨਾਲ ਲੱਕ ਰੱਖ ਕੇ ਲਾਉਂਦੇ ਹਾਂ ਅਤੇ ਇੱਦਾਂ ਹੀ ਜਿਹੜਾ ਆਪਣਾ ਜਿਹੜਾ ਲੱਕ ਦਾ ਵਾਰਮ ਅਪ ਬਹੁਤ ਵਧੀਆ ਹੁੰਦਾ ਹੈ। ਅਤੇ ਸਾਰੇ ਜਣੇ ਇਹ ਜਿਹੜੀ ਐਕਸਰਸਾਈਜ਼ ਜ਼ਰੂਰ ਕਰਿਆ ਕਰੋ, ਬਿਲਕੁਲ ਛਾਤੀ ਨੂੰ ਤਾਣ ਕੇ ਉੱਦਾਂ ਹੀ ਥੱਲੇ ਚਲੇ ਜਾਣਾ ਹੈ ਅਤੇ ਪਿਛਲੇ ਬੰਨੇ ਪਿੰਜਰਾਂ ਦੇ ਵਿੱਚ ਖਿੱਚ ਪੈਣੀ ਚਾਹੀਦੀ ਆ, ਪਿੰਜਰ ਤੋਂ ਖੁੱਚ ਦੇ ਵਿੱਚ ਬਿਲਕੁਲ, ਅਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਡਾ ਲੱਕ ਜਿਹੜਾ ਗਰਮ ਹੋ ਰਿਹਾ ਹੈ। ਚੱਲ ਚੱਲ ਆ, ਨੀਤ ਮਾੜੀ ਨਹੀਂ ਰੱਖਣੀ, ਜਿਹੜੇ ਪੱਟਾਂ ਦੇ ਐਕਸਰਸਾਈਜ਼ ਦਾ ਪਹਿਲਾ ਸੈੱਟ ਆ ਸ਼ੁਰੂ ਕਰੋ, ਪੈਰਾਂ ਨੂੰ ਆਪਣੇ ਮੋਢਿਆਂ ਦੇ ਬਰਾਬਰ ਖੋਲ੍ਹ ਕੇ ਅਤੇ ਹੱਥ ਆਪਣੇ ਜਿਹੜੇ ਨਾਲ ਪੱਟਾਂ ਦੇ ਖਹਿ ਕੇ ਅਤੇ ਬਿਲਕੁਲ ਐਵੇਂ ਥੱਲੇ ਨੂੰ ਜਾਣਾ ਹੈ, ਹੱਥ ਥੱਲੇ ਲਾਉਣੇ ਉਨੇ ਹੀ ਕਿ ਸਾਰਾ ਨਹੀਂ ਥੱਲੇ ਪੈਣਾ, ਜਿੱਥੋਂ ਤੱਕ ਹੱਥ ਥੱਲੇ ਲੱਗਦੇ ਆ ਜਿਹੜਾ ਤੁਹਾਡੇ ਪੱਟਾਂ ਨੂੰ ਪੂਰਾ ਵਿੱਚ ਜ਼ੋਰ ਪਵੇ ਮਸਲ ਦੇ ਵਿੱਚ। ਇਹਦੇ ਤੁਸੀਂ ਤਿੰਨ ਸੈੱਟ ਲਾਉਣੇ, ਸਾਰੇ ਤਿੰਨ ਸੈੱਟ ਲਾਓਗੇ ਅਤੇ ਪੱਟਾਂ ਦੇ ਜਿਹੜੀ ਪਾਵਰ ਆ ਬਹੁਤ ਵਧੀਆ ਅਤੇ ਤੁਹਾਨੂੰ ਆਪਣੇ ਆਪ ਮਹਿਸੂਸ ਹੋਊਗਾ ਕਿ ਅਸੀਂ ਕੋਈ ਮਿਹਨਤ ਲਾਈ ਆ। ਸਾਜਨ ਭਲਵਾਨ ਨੇ ਕੀਤੀ ਹੈ ਵਾਪਸੀ ਸਾਡੇ ਨੇ, ਇੱਦਾਂ ਹੀ ਦੂਜਾ ਸੈੱਟ ਲਾਉਣਾ ਫਿਰ, ਇਹਦੇ ਆਪਾਂ ਤਿੰਨ ਸੈੱਟ ਲਾਉਣੇ ਆ 15-20 ਦੇ, 15-20 ਦੇ ਤਿੰਨ ਤਿੰਨ ਸੈੱਟ ਲਾਉਣੇ ਆ। ਅਤੇ ਸਾਰੇ ਜਣੇ ਪੈਰ ਮੋਢੇ ਦੇ ਬਰਾਬਰ ਖੋਲ੍ਹੋ, ਸਿੱਧੇ ਸਿੱਧੇ ਬਹਿ ਜਾਓ ਅਤੇ ਤੁਹਾਨੂੰ ਆਪ ਪਤਾ ਲੱਗੂਗਾ ਕਿ ਅਸੀਂ ਕੋਈ ਪੱਟਾਂ ਦਾ ਵਰਕਆਊਟ ਲਾਇਆ ਹੈ। ਸੇਵਕ ਭਲਵਾਨ ਦਾ ਚੇਲਾ ਕੋਟੀ ਭਲਵਾਨ, ਮਿਹਨਤ ਲਾਉਂਦਾ ਮੁੰਡਾ, ਮਿਹਨਤੀ ਆ, ਬੰਨ ਵਾਲਾ, ਕੁਛ ਸਾਥ ਦੇਣਾ ਚਾਹੀਦਾ ਇਹਨਾਂ ਨੂੰ। ਰੈਸਲਰ ਪਲੇਅਰ ਸਾਡੇ ਕੋਲ ਆਏ ਨੇ ਖਾਲਸਾ ਕਾਲਜ ਦੇ ਪੜਾਕੂ, ਤੀਜਾ ਸੈੱਟ ਭਲਵਾਨਾਂ ਨੇ ਕਰਤਾ ਸ਼ੁਰੂ ਅਤੇ ਗਰਮੀ ਮਰੋੜਾ ਮਰੋੜਾ ਕਹਿੰਦਾ ਕਿ ਅੱਜ ਹੀ ਆ, ਤੁਸੀਂ ਮਿਹਨਤ ਲਾਉਣ ਕਾਹਤੋਂ ਆ ਗਏ ਜੀ, ਪਰ ਫਿਰ ਵੀ ਜਵਾਨ ਡਟੇ ਆ, ਮਿਹਨਤ ਲਾਉਣਗੇ ਤਾਂ ਅੱਗੇ ਤਰੱਕੀ ਕਰਨਗੇ। ਆਹ ਸਾਡੇ ਨਾਲ ਕੁਛ ਨਵੇਂ ਵੀਰ ਜੁੜੇ ਆ ਅਤੇ ਹੌਲੀ ਹੌਲੀ ਟ੍ਰੇਂਡ ਹੋ ਜਾਣਗੇ, ਛੋਟੇ ਬੱਚੇ ਬੜੇ ਚਾਅ ਨਾਲ ਮਿਹਨਤ ਲਾਉਣ ਆਉਂਦੇ ਆ ਕਿਉਂਕਿ ਇਹਨਾਂ ਅੰਦਰ ਜਨੂੰਨ ਆ ਜਿਹੜਾ ਮਿਹਨਤ ਦਾ, ਹਮੇਸ਼ਾ ਹੀ ਬੱਚਿਆਂ ਤੋਂ ਸਟਾਰਟਿੰਗ ਹੁੰਦਾ ਹੈ, ਬੱਚੇ ਆਪਣਾ ਜਨੂੰਨ ਲੈ ਕੇ ਜਵਾਨੀ 'ਚ ਆਉਂਦੇ ਆ। ਦੂਜਾ ਸੈੱਟ ਬਿਲਕੁਲ ਪੈਰ ਬਾਹਰ ਨੂੰ ਕੱਢ ਕੇ ਮੋਢਿਆਂ ਬਰਾਬਰ ਹੀ ਪੈਰ ਖੋਲ੍ਹ ਕੇ ਜਿੱਦਾਂ ਪਹਿਲੀ ਵਾਰੀ ਆਪਾਂ ਬੈਠ ਕੇ ਮਾਰੀ ਉੱਦਾਂ ਹੀ ਬਹਿਣਾ ਹੈ, ਜਿਹੜਾ ਅੰਦਰਲੇ ਮਸਲਾਂ ਨੂੰ ਖਿੱਚ ਪਾਉਣੀ ਪੁੜਿਆਂ ਨੂੰ। ਜਦੋਂ ਇਹ ਤੁਸੀਂ ਸੈੱਟ ਲਾਓਗੇ ਕਦੀ ਵੀ ਤੁਹਾਡਾ ਗੇਮ ਦੇ ਵਿੱਚ ਜਿਹੜਾ ਪੁੜਿਆਂ ਨੂੰ ਖਿੱਚ ਪੈ ਜਾਂਦੀ ਜਾਂ ਉਸ ਮਸਲ ਜਿਹੜਾ ਪਾਟ ਜਾਂਦਾ ਹੈ ਕਦੀ ਨਹੀਂ ਪਾਟੂਗਾ। ਇਹਦੇ ਵੀ 15-20 ਸੈੱਟ ਲਾਉਣੇ ਆ ਅਤੇ ਰੈਪ ਲਾਉਣੇ ਆ ਅਤੇ ਤਿੰਨ ਸੈੱਟ ਲਾਉਣੇ ਆ, ਪੈਰ ਬਿਲਕੁਲ ਬਾਹਰ ਨੂੰ, ਛਾਤੀ ਤਾਣ ਕੇ ਬੋਡੀ ਵੇਟ ਸਾਰਾ ਜਿਹੜਾ ਪੱਟਾਂ ਦੇ ਢੱਡੇ ਜਾਣਾ ਚਾਹੀਦਾ ਹੈ ਕਿ ਬੋਡੀ ਵੇਟ ਨਾਲ ਹੀ ਐਕਸਰਸਾਈਜ਼ ਲੱਗਦੀ ਆ, ਇਹ ਸਾਰੀਆਂ ਐਕਸਰਸਾਈਜ਼ਾਂ ਬੋਡੀ ਵੇਟ ਆ ਕਿ ਤੁਹਾਡੇ ਬੋਡੀ ਦੇ ਭਾਰ ਨਾਲ ਹੀ ਐਕਸਰਸਾਈਜ਼ ਲੱਗਣੀ ਆ ਅਤੇ ਪੱਟਾਂ ਦੀ ਜਿਹੜੀ ਅੰਦਰੂਲੀ ਜਾਨ ਆ, ਜਿਹੜੀ ਕੁਲਿਆਂ ਦੀ ਮਜ਼ਬੂਤੀ ਆ, ਇਹ ਐਕਸਰਸਾਈਜ਼ ਨਾਲ ਹੋਣੀ ਆ। ਚਲੋ ਭਲਵਾਨੋ ਕਰੋ ਦੂਜਾ ਸੈੱਟ ਸ਼ੁਰੂ, ਇਹੋ ਹੀ ਪੈਰ ਬਿਲਕੁਲ ਬਾਹਰ ਨੂੰ ਕਿੱਦਾਂ ਕੀਤੇ ਪੈਰ ਆ, ਸ਼ਾਬਾਸ਼ ਸ਼ਾਬਾਸ਼, ਮੂੰਹ ਬੰਦ ਰੱਖੋ, ਨਾਸਾ ਥਾਣੀ ਸਾਹ ਲਿਆ ਕਰੋ, ਤੁਹਾਡੇ ਫੇਫੜੇ ਫੁਫੜੇ ਸਾਫ਼ ਹੋਣ। ਚਲੋ ਭਲਵਾਨੋ ਕਰੋ ਤੀਜਾ ਸੈੱਟ ਸ਼ੁਰੂ, ਚੱਲ ਚੱਲ ਭਲਵਾਨ ਹੁਣ ਉਹ ਭਲਵਾਨ ਬਣ ਆਇਆ ਤੂੰ, ਪੈਰ ਬਿਲਕੁਲ ਬਾਹਰ ਨੂੰ, ਲੱਕ ਸਿੱਧਾ ਹੋਵੇ,
ਬਾਡੀ ਵੇਟ ਤੁਹਾਡਾ ਭਾਰ ਜਿਹੜਾ ਛਾਤੀ ਦਾ ਸਾਰਾ ਪੱਟਾਂ 'ਤੇ ਜਾਂਦਾ ਕੁਲਿਆਂ 'ਤੇ। ਆਹ ਸੈੱਟ ਬੁਣੀਆਂ ਲੱਤਾਂ ਖੋਲ੍ਹ ਕੇ ਜਿਵੇਂ ਪਹਿਲਾਂ ਸੈੱਟ ਲਾਇਆ ਥੱਲੇ ਹੱਥ ਲਾ ਕੇ ਅਤੇ ਤਾਂ ਉਹਨੂੰ ਜੰਪ ਲੈਣਾ ਹੈ। ਜਿਹੜਾ ਬੈਕ ਮਸਲ ਦੀ ਪਾਵਰ ਆ, ਛਾਤੀ ਬਿਲਕੁਲ ਤਾਣ ਕੇ ਠਾਹ ਨੂੰ ਹੱਥ ਹੀ ਲਾਉਣੇ ਆ ਅਤੇ ਬੈਕ ਮਸਲ ਦੇ ਜਿਹੜੀ ਪਾਵਰ ਆ ਬਹੁਤ ਜ਼ਿਆਦਾ ਆਊਗੀ ਇਹਦੇ ਨਾਲ, ਅਤੇ ਇੱਕ ਸਟੈਮਿਨਾ ਅਤੇ ਸੰਤਰੰਥ ਬੰਦੇ ਦੀ ਵਧੂਗੀ। ਤਿੰਨ ਸੈੱਟ ਇਹਦੇ ਵੀ ਲਾਉਣੇ ਇੱਦਾਂ ਹੀ, ਸੈੱਟ ਲਾਓ 15 ਲਾਉਣੇ ਇਹਦੇ, ਜਿਵੇਂ ਪਹਿਲੇ ਦੋ ਲਾਏ ਇੱਦਾਂ ਹੀ 15 ਸੈੱਟ ਪੂਰੇ ਲਾਉਣੇ ਇਹਦੇ। ਬੈਕ ਮਸਲ ਦੇ ਵਿੱਚ ਜਿਹੜੀ ਪਾਵਰ ਇਹਦੇ ਨਾਲ ਜ਼ਿਆਦਾ ਆਊਗੀ ਅਤੇ ਸਟੈਮਿਨਾ ਅਤੇ ਸੰਤਰੰਥ ਬੰਦੇ ਜ਼ਿਆਦਾ ਵਧੂਗੀ। ਹਰੇਕ ਸੈੱਟ ਲਾਉਣ ਤੋਂ ਬਾਅਦ 30 ਸਕਿੰਟ ਦੀ ਰੈਸਟ ਲੈਣੀ ਕਿ ਇਹਨੇ 'ਚ ਬੰਦੇ ਨੂੰ ਸਾਹ ਆ ਜਾਂਦਾ। ਇੱਦਾਂ ਬੈਂਡ ਹੋ ਕੇ 6 ਸਟੱਪਿਆਂ ਨੂੰ ਮਾਰ ਕੇ ਡੰਡ ਮਾਰਨਾ ਹੈ, ਫਿਰ 6 ਵਾਰੀ ਇਹਨੂੰ ਆ ਕੇ ਫਿਰ ਇੱਥੇ ਡੰਡ ਮਾਰਨਾ ਹੈ, ਫਿਰ 6 ਵਾਰੀ ਇਹਨੂੰ ਜਾ ਕੇ ਫਿਰ ਡੰਡ ਮਾਰਨਾ, ਫਿਰ ਇਹਨੂੰ ਵਾਪਸ ਆਉਣਾ, ਫਿਰ ਆ ਕੇ ਡੰਡ ਮਾਰਨਾ। ਇਹਦੇ ਵਿੱਚ ਪਾਵਰ ਐਕਸਰਸਾਈਜ਼ ਆ ਪੱਟਾਂ ਦੀ, ਜਿਹਦੇ ਨਾਲ ਪੱਟਾਂ ਦੇ ਵਿੱਚ ਬਹੁਤ ਜ਼ਿਆਦਾ ਜਾਨ ਆਊਗੀ ਅਤੇ ਸਟੈਮਿਨਾ ਬਣੂਗਾ। ਫਿਰ ਇੱਦਾਂ ਦੂਜਾ ਸੈੱਟ, ਬਹੁਤ ਵਧੀਆ ਐਕਸਰਸਾਈਜ਼ ਹੈ ਇਹ, ਹਰੇਕ ਆਪਾਂ ਰੋਜ਼ ਹੀ ਲਾ ਸਕਦੇ ਹਾਂ ਐਕਸਰਸਾਈਜ਼, ਕਿਉਂਕਿ ਪਾਵਰ ਐਕਸਰਸਾਈਜ਼ ਆਪਣੀ ਡੇਲੀ ਸ਼ਡਿਊਲ ਦੇ ਵਿੱਚ ਆਪਾਂ ਇਹਨੂੰ ਐਡ ਕਰ ਸਕਦੇ ਹਾਂ, ਚਾਹੇ ਸ਼ੋਲਡਰ ਲੱਗਣ ਦੇ ਆ, ਚਾਹੇ ਬਾਹਾਂ ਦੀ ਐਕਸਰਸਾਈਜ਼ ਲੱਗਣ ਦੀ ਆ, ਬੈਕ ਲੱਗਣ ਦੀ, ਚੈਸਟ ਲੱਗਣ ਦੀ ਆ, ਇਹ ਸਾਰੀ ਐਕਸਰਸਾਈਜ਼ ਨੂੰ ਸਪੋਰਟ ਕਰਦੀ ਐਕਸਰਸਾਈਜ਼ ਪਾਵਰ ਵਾਸਤੇ। ਕਾਲੀ ਨੀਵਾਂ ਆਓ ਥੋੜ੍ਹਾ ਜਿਹਾ, ਥੱਲੇ ਬੈਂਡ ਹੋਣਾ ਥੋੜ੍ਹਾ ਜਿਹਾ, ਬੈਂਡ ਹੋ ਕੇ ਅੱਗੇ ਨੂੰ ਤੁਰਨਾ 20 ਵਾਰੀ, ਬਾਡੀ ਵੇਟ ਸਾਰਾ ਜਿਹੜਾ ਆਪਣੀਆਂ ਪੱਟਾਂ ਦੇ ਉੱਤੇ ਪਾਉਣਾ ਹੈ ਅਤੇ ਅੱਡੀ ਜਿਹੜੀ ਸਾਰੀ ਬਿਲਕੁਲ ਥੱਲੇ ਲਾਉਣੀ ਆ, ਜਿਹੜਾ ਕਿ ਬੈਕ ਮਸਲ 'ਤੇ ਅਤੇ ਫਰੰਟ ਮਸਲ 'ਤੇ ਪੂਰਾ ਜ਼ੋਰ ਪਵੇ। ਮੁੜ ਕੇ ਥੋੜ੍ਹਾ ਲੈਫਟ ਤੁਰਨਾ ਹੈ 10 ਸਟੈਪ, 10 ਸਟੈਪ ਜਿਹੜਾ ਰਾਈਟ ਤੁਰਨਾ ਬਾਅਦ 'ਚ। ਇੱਦਾਂ ਕਰਕੇ ਇਹਦੇ ਜਿਹੜੇ ਆਪਾਂ 3 ਸੈੱਟ ਲਾਉਣੇ ਆ ਅਤੇ ਫਰੰਟ ਮਸਲ ਅਤੇ ਬੈਕ ਮਸਲ ਇਹਦੇ ਨਾਲ ਜਿਹੜਾ ਗੇਨ ਹੋਣਾ ਹੈ ਅਤੇ ਪੱਟਾਂ ਦੇ ਵਿੱਚ ਜਿਹੜੀ ਪਾਵਰ ਆ ਉਹ ਬਰੂ ਵਰਗੂ ਅੰਦਰ ਪੈਣੀ ਆ। ਥੋੜ੍ਹਾ ਥੱਲੇ ਬੈਂਡ ਹੋ ਕੇ ਅਤੇ ਗਾਂਹ ਨੂੰ ਜਿਹੜੇ ਸਟੈਪ ਲਾਉਣੇ ਆ ਮਸਲ ਦੀ ਪਾਵਰ ਲਈ, ਪੱਟਾਂ ਦੀ ਪਾਵਰ ਲਈ, ਇਹਦੇ ਵੀ 3 ਸੈੱਟ ਲਾਉਣੇ ਆ 10-10 ਦੇ।
ਭਲਵਾਨਾਂ ਦਾ ਜਿਹੜਾ ਤਕਰੀਬਨ ਜਿਹੜਾ ਜ਼ੋਰ ਆ ਹੋਇਆ ਪਿਆ। ਹਾਂਜੀ ਭਲਵਾਨ ਜੀ ਕਿੱਦਾਂ ਸੈੱਟ ਸਾਹਸੂ ਕਿੱਦਾਂ ਸਟੈਮਨਾ ਸਟੂਮਨਾ ਬਹੁਤ ਵਧੀਆ। ਹਾਂਜੀ ਆਪਣੀ ਭਲਵਾਨ ਜੀ ਕਿੱਦਾਂ ਆ ਗਏ ਜਿਹੜੇ ਨਵੇਂ ਆਏ ਉਹਨਾਂ ਤੰਗੀ ਥੋੜ੍ਹੀ ਜਿਹਾ ਕਿੱਦਾਂ ਭਲਵਾਨ ਜੀ ਰੈਸਲਰ ਪਲੇਅਰ ਜੀ ਓਕੇ ਹੈ ਨਾ ਠੀਕ ਹੈ ਜੀ। ਹੁਣ ਇਹੋ ਆਪਾਂ ਸੈੱਟ ਜਿਹੜਾ ਵੱਡੀ ਛਾਲ ਕਰ ਦੇਣੀ ਪੱਬਾਂ ਦੇ ਉੱਤੇ ਇਹਦੇ ਤਿੰਨ ਸੈੱਟ ਲਾਉਣੇ ਆ ਭਾਵੇਂ ਨਾ ਹੱਥ ਰੱਖੋ ਸੌਕੇ ਰਹੋਗੇ ਅਤੇ ਉੱਤੋਂ ਥੋੜ੍ਹੇ ਔਖੇ ਲੱਗਦੇ ਆ। ਚਲੋ ਫੁੱਲ ਛਾਲ ਮਾਰੋ ਬਿਲਕੁਲ ਪੱਬਾਂ ਦੇ ਉੱਤੇ ਪਾਵਰ ਪਲੱਸ ਮਸਲ ਗਰੋਥ ਸੈੱਟ ਲਿਆਉਂਦਾ ਹੈ। ਅਤੇ ਅਜੇ ਫਿਲਹਾਲ ਆਪਾਂ ਵਲੋਗ ਬਣਾ ਰਹੇ ਹਾਂ ਅਤੇ ਵਧੀਆ ਵੀਡੀਓ ਚੰਗੀ ਤਰ੍ਹਾਂ ਐਡਿਟ ਕਰਕੇ ਵਲੋਗ ਤੋਂ ਬਾਅਦ ਹਰੇਕ ਐਕਸਰਸਾਈਜ਼ ਦੀ ਪਾਵਾਂਗੇ ਲੱਤਾਂ ਦੀ ਐਕਸਰਸਾਈਜ਼ ਪੱਟਾਂ ਦੀ ਐਕਸਰਸਾਈਜ਼ ਬਾਹਾਂ ਦੀ ਜਾਂ ਪਾਵਰ ਐਕਸਰਸਾਈਜ਼ਾਂ ਦੀਆਂ ਵੀਡੀਓ ਆਪਾਂ ਪਾਉਂਦੇ ਰਹਾਂਗੇ। ਅਤੇ ਤੁਸੀਂ ਪਿਆਰ ਦੇਣਾ ਹੈ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਿਓ ਸਾਥ ਦਿਓ ਇਹਨਾਂ ਨੌਜਵਾਨਾਂ ਦਾ ਸਾਰਿਆਂ ਦਾ। ਭਲਵਾਨ ਜੀ ਇੱਧਰ ਆਓ ਤੁਹਾਨੂੰ ਕੀ ਸਮਝਾਇਆ ਹੈਗਾ ਕਿ ਬਾਡੀ ਵੇਟ ਸਾਰਾ ਉੱਤੇ ਰੱਖਣਾ ਲੱਕ ਸਿੱਧਾ ਰੱਖਣ ਲੱਕ ਕਾਹਤੋਂ ਗਾਂ ਆਉਂਦੇ ਆ ਹੈਂਡਮੂ ਕਰ ਤੀਜਾ ਸੈੱਟ ਆ ਜ਼ੋਰ ਥੋੜ੍ਹਾ ਜਿਹਾ ਮੁੰਡਿਆਂ ਦਾ ਹੋਰ ਜ਼ਿਆਦਾ ਉਹ ਕਾਲੀ ਸ਼ਰਟ ਵਾਲਾ ਭੱਜ ਕੇ ਆਉਂਦਾ ਡੰਡਾ ਮਾਰ ਕੇ ਉਹਦੇ। ਚਲੋ ਤੀਜਾ ਸੈੱਟ ਢਾਕਾਂ 'ਚ ਹੱਥ ਰੱਖੋ ਢਾਕਾਂ 'ਤੇ ਇੱਕ ਪੈਰ ਅੱਗੇ ਇੱਕ ਪਿੱਛੇ ਸਿੱਧਾ ਮਸਲ 'ਤੇ ਭਾਰ ਪਾਉਣਾ ਪੱਟ 'ਤੇ ਲੱਕ ਬਿਲਕੁਲ ਸਿੱਧਾ ਬਾਡੀ ਵੇਟ ਜਿਹੜਾ ਉਤਲੇ ਬੰਨੇ ਹੋਣਾ ਚਾਹੀਦਾ ਬਿਲਕੁਲ ਤੁਹਾਡੇ ਸਾਰਾ ਹੀ। ਸੈੱਟ ਸੁੱਟ ਅਸੀਂ ਮੈਨਸ਼ਨ ਨਹੀਂ ਹੋਣੇ ਵਲੋਗ ਦੇ ਸਾਡੇ ਤੋਂ ਕਿਉਂਕਿ ਐਡੀਟਿੰਗ ਵਾਲਾ ਬੰਦਾ ਸਾਡੇ ਕੋਲ ਨਹੀਂ ਹੈਗਾ ਅਜੇ ਫਿਲਹਾਲ ਕੋਈ ਅਤੇ ਹੌਲੀ ਹੌਲੀ ਸਾਰੀ ਐਕਸਰਸਾਈਜ਼ਾਂ ਦਾ ਜਿਹੜਾ ਇਕੱਲੀ ਇਕੱਲੀ ਵੀਡੀਓ ਬਣਾ ਕੇ ਉਹਨੂੰ ਐਡਿਟ ਕਰਕੇ ਸੈੱਟ ਬਾਏ ਸੈੱਟ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ। ਦਸ ਉਹ ਸਟੈਪ ਲਾਇਆ ਕਰੋ ਦਸ ਦੂਜੇ ਪੈਰ 'ਤੇ ਲਾਇਆ ਕਰੋ ਲੱਕ ਬਿਲਕੁਲ ਭਾਰ ਉੱਤੇ ਰੱਖੋ ਬਾਡੀ ਵੇਟ ਉੱਤੇ ਬਿਲਕੁਲ ਉੱਤੇ। ਭਲਵਾਨ ਜੀ ਥੋੜ੍ਹਾ ਜਿਹਾ ਖੁਰਾਕ ਵੱਲ ਧਿਆਨ ਦੇਣਗੇ ਹੌਲੀ ਹੌਲੀ ਨਵੇਂ ਆਏ ਆ ਅਤੇ ਮੈਚ ਖੜਾਏ ਆ ਦੋ ਇਹਨਾਂ ਨੂੰ ਅਤੇ ਹੌਲੀ ਹੌਲੀ ਸੈੱਟ ਹੋ ਜਾਣਗੇ ਰੇਡਰ ਆ ਮੁੰਡਾ। ਤੀਜਾ ਸੈੱਟ ਸ਼ੁਰੂ ਆ ਜੀ ਇਹਦਾ ਕਿਉਂਕਿ ਜ਼ੋਰ ਤਾਂ ਲੱਗਦਾ ਹੀ ਹਰੇਕ ਕੋਈ ਵੀ ਮਿਹਨਤ ਲਾਉਣੀ ਹੈ ਮਿਹਨਤ ਲਾਵਾਂਗੇ ਅਤੇ ਤਗੜੇ ਹੋਵਾਂਗੇ ਮਿਹਨਤ ਲਾਉਣੀਆਂ ਪੈਣੀਆਂ ਐਕਸਰਸਾਈਜ਼ਾਂ ਲਾਉਣੀਆਂ ਪੈਣੀਆਂ ਸਿੱਧਾ ਨਹੀਂ ਕੋਈ ਮੈਚ ਖਿਡਾਉਂਦਾ ਹੁੰਦਾ ਕਿ ਮੈਂ ਮਿਹਨਤ ਲਾਉਣੀ ਨਹੀਂ ਆ ਅਤੇ ਮੈਂ ਮੈਚ ਖੇਡਣਿਆ ਜੀ ਅਤੇ ਰੁਪਈਆ ਵੀ ਮੈਨੂੰ ਹਜ਼ਾਰ ਦਾ ਭਾਰ ਆਪਣਾ ਸਾਰਾ 50 ਕਿਲੋ ਆ ਇੱਦਾਂ ਕੋਈ ਮੈਚ ਨਹੀਂ ਲੱਗਦੇ ਹੁੰਦੇ ਮਿਹਨਤਾਂ ਮਾਰਨੀਆਂ ਪੈਣੀਆਂ ਹਾਰਡ ਐਕਸਰਸਾਈਜ਼ਾਂ ਕਰਨੀਆਂ ਪੈਣੀਆਂ ਖੁਰਾਕ ਪਾਣੀ ਖਾਣਾ ਹੀ ਪੈਣਾ ਫਿਰ ਹੀ ਮਿਹਨਤ ਲੱਗਦੀਆਂ। ਅੱਜ ਓਵਨ ਭਰਵਾਉਣਾ ਆਪਣਾ ਅਤੇ ਥੋੜ੍ਹੀ ਦੇਰ ਚਿਰ 'ਚ ਆਪਾਂ ਇਹਨੂੰ ਓਪਨ ਦੇ ਵਿੱਚ ਜਲਦੀ ਵੇਖੋਗੇ ਚਾਰ ਮੁੰਡੇ ਆਪਣੇ ਓਪਨ ਦੇ ਵਿੱਚ ਜਲਦੀ ਤੁਸੀਂ ਵੇਖੋਗੇ ਟੀਮ ਦੇ ਵਿੱਚ ਕਿਸੇ ਸਿਆਲ ਦੇ ਵਿੱਚ ਕਿੱਦਾਂ ਭਲਵਾਨੋ ਸਾਹਸੂ ਕਿੱਦਾਂ ਸੈੱਟ ਆ ਸਰੀਰ ਸਾਰਿਆਂ ਦਾ। ਹਾਂ ਫਿਰ ਦੂਜੀ ਐਕਸਰਸਾਈਜ਼ ਸ਼ੁਰੂ ਕਰਨੀ ਹੈ ਇੱਕ ਪੈਰ ਜਿਹੜਾ ਆਪਾਂ ਸਿੱਧਾ ਕੱਢਦੇ ਉਹਨੂੰ ਬਾਹਰ ਕੱਢਣਾ ਫੁੱਲ ਬਾਹਰ ਬਿਲਕੁਲ ਜਿਹੜਾ ਅੰਦਰਲਾ ਮਸਲ ਆ ਜਿਹਨੂੰ ਆਪਾਂ ਕੂਲਾ ਕਹਿ ਦਿੰਦੇ ਹਾਂ ਉਹਦੇ ਸਟਰੋਂਗ ਵਾਸਤੇ ਬਿਲਕੁਲ ਸਾਈਡ ਨੂੰ ਮਸਲ ਕੱਢਣਾ ਹੈ ਪੂਰਾ ਪਿਛਲਾ ਪੈਰ ਬਿਲਕੁਲ ਸਿੱਧਾ ਰੱਖਣਾ ਹੈ ਅਤੇ ਕਦੀ ਵੀ ਤੁਹਾਡੇ ਕੂਲਿਆਂ ਦੇ ਵਿੱਚ ਜਾਂ ਅੰਦਰ ਖਿੱਚ ਨਹੀਂ ਪਊਗੀ ਅਤੇ ਕਦੀ ਵੀ ਮਸਲ ਨਹੀਂ ਹੋਊਗਾ ਅਤੇ ਪਾਵਰ ਐਕਸਰਸਾਈਜ਼ ਆ ਇਹ ਵੀ ਪੱਟਾਂ ਦੀ ਇਹ ਜ਼ਰੂਰ ਲਾਉਣੀ ਸਾਰਿਆਂ ਨੇ
ਨਹੀਂ ਭਲਵਾਨ ਅੱਜ ਉਤਰੇ ਨਾਲ ਆਇਆ ਕਿ ਕਿੱਦਾਂ ਆਇਆ? ਆਇਆ ਕਰਨਾ ਖੇਡਣੀ ਪੱਕੀ ਕਿ ਨਹੀਂ? ਚਲ ਆਇਆ ਕਰ ਕੋਈ ਨਹੀਂ, ਅੱਜ ਤੋਂ ਪਹਿਲੇ ਦਿਨ ਆਇਆ, ਤੈਨੂੰ ਰੈਸਟ ਦਿੰਦੇ ਹਾਂ ਆਪਾਂ। ਹਾਂ ਛੋਟੇ ਬੱਚੇ ਵੀ ਥੱਕ ਗਏ ਆ, ਹੈਵੀ ਐਕਸਰਸਾਈਜ਼ ਆ ਅਤੇ ਇਹਨਾਂ ਨੂੰ ਆਪਾਂ ਰੈਸਟ ਕਰਾਵਾਂਗੇ, ਹੌਲੀ ਹੌਲੀ ਸੈੱਟ ਹੋ ਜਾਣਗੇ। ਮਿਹਨਤ ਲਾਉਣ ਲਈ ਮਨ ਮਾਰਨਾ ਪੈਂਦਾ ਹੈ ਅਤੇ ਉਸ ਅਕਾਲ ਪੁਰਖ ਦਾ ਭਰੋਸਾ ਰੱਖੋ, ਮਿਹਨਤ ਕਰੋਗੇ ਤਾਂ ਅਕਾਲ ਪੁਰਖ ਜਿਹੜਾ ਜ਼ਰੂਰ ਫਲ ਦਊਗਾ। ਜਿੰਨੀ ਭਗਤੀ ਦੀ ਕਰਕੇ ਰੱਬ ਮਿਲਦਾ ਹੈ, ਉੱਦਾਂ ਹੀ ਮਿਹਨਤ ਕਰਕੇ ਵੀ ਜਿਹੜਾ ਉਹਦਾ ਫਲ ਜ਼ਰੂਰ ਮਿਲਦਾ ਹੈ, ਅਤੇ ਮਿਹਨਤ ਲਾਓਗੇ ਤਾਂ ਕਾਮਯਾਬ ਹੋਊਗੇ। ਭਲਵਾਨ ਨੂੰ ਥੋੜ੍ਹੀ ਸਿਰ ਦੇ ਵਿੱਚ ਪ੍ਰੋਬਲਮ ਨਾਲ ਹੀ ਬਲੋਕ ਹੈ ਅਤੇ ਇਹਦਾ ਇਲਾਜ ਚੱਲਣ ਦਿਆ, ਅਤੇ ਵਾਹਿਗੁਰੂ ਕੀ ਅਰਦਾਸ ਬੇਨਤੀਆਂ ਅਤੇ ਹੌਲੀ ਹੌਲੀ ਸੈੱਟ ਹੋ ਜਾਣਾ, ਥੋੜ੍ਹੀ ਜਿਹੀ ਘਬਰਾਹਟ ਹੋਈ ਆ ਮਿਹਨਤ ਲਾਉਂਦੇ ਨੂੰ, ਅਤੇ ਵਾਹਿਗੁਰੂ ਕਰਨਗੇ ਕਿਰਪਾ ਹੌਲੀ ਹੌਲੀ। ਤੀਜਾ ਸੈੱਟ ਇਹਦਾ ਲਾਸਟ, ਖਿੱਚ ਕੇ ਲਾਓ, ਖਿੱਚ ਕੇ ਪੂਰੀ ਖਿੱਚ ਪਾਇਆ ਕਰੋ ਅੰਦਰ ਪੁੜਿਆਂ ਨੂੰ, ਛਾਤੀ ਬਿਲਕੁਲ ਤਾਣ ਕੇ, ਬੋਡੀ ਦਾ ਵੇਟ ਜਿਹੜਾ ਉੱਤੇ ਹੋਵੇ ਬਿਲਕੁਲ ਤੁਹਾਡੇ, ਉਸ ਵਾਹਿਗੁਰੂ ਅਕਾਲ ਪੁਰਖ ਦੀ ਬਾਣੀ ਗੁਰਦੁਆਰਾ ਸਾਹਿਬ ਬਹੁਤ ਹੀ ਆਨੰਦਮਈ ਆ। ਕੋਚ ਸਾਹਿਬ ਕੁਲਬੀਰ, ਕੋਚ ਭਾਈ ਲੱਦਾ ਜੀ ਸਪੋਰਟਸ ਕਲੱਬ ਭਾਈ ਲੱਦੂ ਦੀ ਟੀਮ ਦੇ ਉਹ ਵੀ ਮੌਜੂਦ ਆ ਸਾਡੇ ਵਿੱਚ। ਹੁਣ ਆ ਜਿਹੜਾ ਅਗਲਾ ਸੈੱਟ ਲਾਉਣਾ ਆ ਆਪਾਂ, ਪਾਵਰ ਤਾਂ ਪੱਟਾਂ ਦੀ ਪਾਵਰ ਵਾਸਤੇ ਅਤੇ ਸੰਤਰਿਆਂ ਵਾਸਤੇ ਅਤੇ ਮਸਲਾਂ ਦੀ ਜਿਹੜੀ ਗੇਨਿੰਗ ਵਾਸਤੇ ਪੱਟਾਂ ਦੇ ਵਾਸਤੇ। ਪੈਰ ਪਿੱਛੋਂ ਭੀੜੇ ਰੱਖਿਆ ਕਰੋ, ਤੇਜ਼ ਉੱਠਿਆ ਕਰੋ, ਹਾਫ ਉੱਠਿਆ ਕਰੋ, ਨਾਲੇ ਤੇਜ਼ ਮਾਰੋਗੇ, ਜਿੰਨੀ ਤੇਜ਼ ਮਾਰੋਗੇ ਉਨੀ ਜਿਹੜੀ ਆ ਤੁਹਾਡਾ ਸਟੈਮਿਨਾ ਵੀ ਸਟੈਂਡ ਹੋਊਗਾ, ਥੋੜ੍ਹਾ ਜਿਹਾ ਵਧੂਗਾ, ਅਤੇ ਤੇਜ਼ ਲਾਇਆ ਕਰੋ, ਭੁੜਕਿਆ ਨਾ ਕਰੋ, ਭੁੜਕ ਕੇ ਛਾਲ ਮਾਰ ਕੇ ਅੱਗੇ ਨਾ ਜਾਇਆ ਕਰੋ, ਘਸੀ ਨਾ ਮਾਰਿਆ ਕਰੋ, ਉੱਥੋਂ ਪੁੱਟ ਜਦੋਂ ਤੁਸੀਂ ਅੱਗੇ ਪੈਰ ਜਾਣਾ ਤਾਂ ਆਟੋਮੈਟਿਕ ਤੁਸੀਂ ਅੱਗੇ ਚਲੇ ਜਾਣਾ ਸਾਰਿਆਂ ਨੇ। ਭਲਵਾਨਾ ਜਿਹੜਾ ਹੁਣ ਥੋੜ੍ਹਾ ਜਿਹਾ ਹਾਲ ਬੁਰਾ ਹੋਣ ਲੱਗ ਪਿਆ ਹੈ, ਜਿਹੜਾ ਇਹ ਹੁਣ ਥੱਕਣਾ ਮੈਨੂੰ ਥਕਾਵਟ ਜਿਹੜੀ ਮਹਿਸੂਸ ਕਰਨ ਲੱਗ ਪਏ ਆ, ਕਿਉਂਕਿ ਅੱਗੇ ਆਪਾਂ ਐਕਸਰਸਾਈਜ਼ਾਂ ਜਿਹੜੀਆਂ ਲਾਈ ਦੀਆਂ 22 ਤੋਂ 23, ਪਰ ਅੱਜ ਇਹਨਾਂ ਨੂੰ ਥੋੜ੍ਹੀਆਂ ਲਵਾਵਾਂਗੇ 13 ਤੋਂ 14 ਜਾਂ 15, ਫਿਰ ਵੀ ਜ਼ੋਰ ਹੋ ਰਿਹਾ ਥੋੜ੍ਹਾ ਥੋੜ੍ਹਾ ਇਹਨਾਂ ਦਾ ਲੱਗੇ ਹੌਲੀ ਹੌਲੀ। ਅਤੇ ਪਹਿਲਾਂ ਵੀ ਮੋਰਨਿੰਗ ਟਾਈਮ 3:30 ਗਰਾਊਂਡ ਪਹੁੰਚਦੇ ਆ, ਮੁੰਡਾ ਰੱਤੋ ਕੇ ਪਿੰਡ ਤੋਂ ਆਉਂਦਾ ਹੈ, ਅਰਜਨ ਅਪ ਡਾਊਨ ਕਰਦਾ, ਇੱਕ ਮੁੰਡਾ ਜਿਹੜਾ ਨਵਾਂ ਲਿਆਉਂਦਾ ਨਾਲ, ਮਿਹਨਤੀ ਮੁੰਡਾ ਹੈ, ਲਗਾਤਾਰ ਸਾਡੇ ਕੋਲ ਆ ਲਿਆ। ਹਾਂ ਅਰਜਨ ਕਿੱਦਾਂ, ਕਿਹੜੇ ਪਿੰਡ ਤੋਂ? ਰੱਤੋ ਗਿਆ ਤਾਂ ਨਵੇਂ ਪਿੰਡ ਦਾ ਸਫ਼ਰ ਤੈਅ ਕਰਦਾ ਰੋਜ਼ ਦਾ, ਮੁੰਡੇ ਵਿੱਚ ਜੇ ਜਨੂੰਨ ਹੈ ਕਬੱਡੀ ਖੇਡਣ ਦਾ ਤਾਂ ਹੀ ਨਹੀਂ ਦੂਰ ਆਉਂਦਾ ਹੈ, ਰੋਜ਼ ਮਿਹਨਤ ਲਾਉਣਾ। ਹੁਣ ਅਗਲਾ ਸੈੱਟ ਜਿਹੜਾ ਡੰਡ ਮਾਰ ਕੇ ਤਾਣ ਭੁੜਕਣਾ ਹੈ ਪੂਰੀ, ਜਿਹੜਾ ਪੱਟਾਂ ਨੂੰ ਥੋੜ੍ਹੀ ਜਿਹੀ ਰੈਸਟ ਦੇ ਕੇ, ਜਿਹੜਾ ਮਸਲ ਦੇ ਉੱਤੇ ਥੋੜ੍ਹਾ ਜਿਹਾ ਬੋਡੀ ਵੇਟ ਪਵੇ, ਜਿਹੜਾ ਮਸਲ ਆ ਥੋੜ੍ਹਾ ਜਿਹਾ ਗਰੋਥ ਹੋਊਗਾ ਇਹਦੇ ਨਾਲ, ਅਤੇ ਇਹਦੇ ਆਪਾਂ 3 ਸੈੱਟ ਲਾਉਣੇ ਆ, ਜਿੱਦਾਂ ਜਿਹੜਾ ਇਹਦਾ ਰਹਿ ਪਿਆ 12-15 ਆਪਾਂ ਲਾ ਲੈਣੇ ਆ, ਨਵੇਂ ਮੁੰਡੇ ਵੀ ਹੌਲੀ ਹੌਲੀ ਚੱਕ ਕੇ ਡੰਡਾ ਆ, ਹੌਲੀ ਹੌਲੀ ਸੈੱਟ ਹੋ ਜੂਗਾ। ਸਾਜਨ ਨੂੰ ਆਪਾਂ ਜ਼ਿੰਮੇਵਾਰੀ ਦਿੱਤੀ ਇਹਨੂੰ ਸੰਭਾਲਣ ਦੀ, ਸਾਜਨ ਦਾ ਜਿਹੜਾ ਕਿੱਤਾਕਾਰੀ ਆ, ਮਿਹਨਤੀ ਇਨਸਾਨ ਆ, ਡਰਾਈਵਰ ਆ ਕਰਬਾਈਨਾਂ ਦਾ ਅਤੇ ਟਰੈਕਟਰਾਂ ਦਾ ਡਰਾਈਵਰ, ਰੀਪਰਾਂ ਦਾ, ਚਾਰੇ ਮਕਈ ਦਾ, ਕਿਤੇ ਵੀ ਲੋੜ ਹੋਵੇ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਜੀ। ਸਾਜਨ ਸਿੰਘ ਪਿੰਡ ਨਵਾਂ ਪਿੰਡ, ਮਿਹਨਤੀ ਇਨਸਾਨ ਹੈ ਬਿਲਕੁਲ, ਅਤੇ ਕਬੱਡੀ ਵਾਲਿਆਂ ਦਾ ਪੂਰਾ ਸਾਥ ਦਿੰਦਾ। ਚੱਲ 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 ਸ਼ੇਰੋ, ਜ਼ੋਰ ਮੁੜਿਆ ਤਾਂ ਹੋ ਗਿਆ, ਕਹਿਣ ਨਹੀਂ ਦਾ ਕਿ ਬੱਸ ਕਰੀਏ, ਪਰ ਆਪਾਂ ਜਿਹੜਾ ਲਵਾਈ ਜਾਣੀ ਉਹਨਾਂ ਚਿਰ ਜਿੰਨਾ ਚਿਰ ਜ਼ੋਰ ਲੱਗਣ ਦਿਆ ਇਹਨਾਂ ਦਾ, ਅਜੇ ਤਾਂ ਲਵਾਵਾਂਗੇ ਜਿੰਨਾ ਚਿਰ ਆਪਾਂ ਮੂੰਹ ਨਹੀਂ ਕਹਿੰਦੇ। ਅਗਲਾ ਸੈੱਟ ਲਾਉਣਾ ਹੈ ਆਪਾਂ, ਇੱਕ ਪੁਸ਼ਅਪ ਲਾਉਣਾ ਹੈ ਠਾਣ ਨੂੰ, ਸਕੈਟ ਲਾਉਣੀ ਆ, ਖੱਬਾ ਪੈਰ ਅੱਗੇ ਕੱਢ ਕੇ, ਫਿਰ ਸਕੈਟ ਮੁੜ ਕੇ ਸੱਜਾ ਪੈਰ ਅੱਗੇ ਕੱਢ ਕੇ, ਇੱਦਾਂ ਹੀ ਆਪਾਂ ਇਹਦੇ ਜਿਹੜੇ ਆ 15-30 ਸੈੱਟ ਲਾਉਣੇ ਆ ਇੱਕ ਵਿੱਚ,
ਕਿ ਜਿਹੜਾ ਆਪਣੇ ਜਿਹੜੀ ਆ ਸਕੈਟ ਲੱਗ ਜਾਇਆ ਕਰੇ, 20 ਸਕੈਟਾਂ ਇੱਕ ਸੈੱਟ 'ਚ ਲੱਗ ਜਾਣ, ਅਤੇ ਇਹਦੇ ਵੀ ਆਪਾਂ 3 ਸੈੱਟ ਲਾਉਣੇ ਆ, ਅਤੇ ਬਾਡੀ ਵੇਟ ਉੱਤੇ ਨਹੀਂ ਰੱਖਣ ਦਿਆ, ਸਾਰਾ ਗਾਂਹ ਨੂੰ ਡਿੱਗੀ ਜਾਂਦਾ ਹੈ, ਗਾਹਦੇ ਨਾਲੋਂ ਭੈੜਾ ਹੋਇਆ ਪਿਆ, ਥੱਕ ਗਿਆ ਮੁੰਡੇ, ਅਤੇ ਥੋੜ੍ਹਾ ਪਾਣੀ ਇੱਕ ਸੈੱਟ ਲਾ ਲਓ, ਫਿਰ ਕਿੰਨੇ ਸੈੱਟ ਲਾ ਗਏ ਪਾਣੀ ਪੀਣਾ ਹੈ। ਚਲੋ ਵਧੀਆ, ਇਹ ਸਟੈਮਿਨਾ ਬਣਦਾ ਹੈ, ਪਾਣੀ ਨਹੀਂ ਪੀਂਦੇ ਅਤੇ ਬਹੁਤ ਵਧੀਆ ਗੱਲ ਹੈ। ਸੱਜਾ ਪੈਰ ਅੱਗੇ ਲਿਆ ਕੇ ਸਕੈਟ ਮਾਰਨੀ ਬਰਾਬਰ ਕਰਕੇ, ਮੁੜ ਕੇ ਖੱਬਾ ਪੈਰ ਲਿਆ ਕੇ ਸਕੈਟ ਮਾਰਨੀ ਆ, ਅਤੇ ਪੱਟਾਂ ਦੇ ਵਿੱਚ ਜਾਨ ਬਰੂਦ ਸਾਰੀ ਉਮਰ ਕੰਮ ਆਉਣ ਵਾਲੀ ਐਕਸਰਸਾਈਜ਼ਾਂ, ਬੁੱਢੇ ਵਰੇ ਤੱਕ, ਵਿਆਹੇ ਵਰੇ ਬੰਦੇ ਤੱਕ। ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਨਵੇਂ ਪਿੰਡ 5 ਵਜੇ ਗਰਾਊਂਡ ਪਹੁੰਚਿਆ ਕਰੋ, ਕਿਸੇ ਤੋਂ ਕੋਈ ਵੀ ਪੈਸਾ ਨਹੀਂ ਲਾਵਾਂਗੇ, ਸਾਰਿਆਂ ਨੂੰ ਮਿਹਨਤ ਕਰਾਵਾਂਗੇ, ਅਤੇ ਜਿਹੜਾ ਬੰਦਾ ਮਿਹਨਤ ਕਰੂਗਾ ਮਨ ਨਾਲ, ਆਪਦੀ ਖੁਰਾਕ ਪਾਣੀ ਖਾਊਗਾ, ਵੇਟ ਵਧਾਊਗਾ ਆਪਦਾ, ਅਤੇ ਉਹਨੂੰ ਆਪਾਂ ਮੈਚ ਵੀ ਲਵਾਉਣੇ ਆ ਸਾਰਿਆਂ ਨੂੰ ਬਰਾਬਰ। ਉਹ ਕਾਲੀ ਸ਼ਰਟ ਵਾਲਾ ਮੁੰਡਾ ਇੱਧਰ ਆ ਮੁੰਡਿਆ, ਕਿੰਨੇ ਦਿਨ ਹੋ ਗਏ ਆਉਂਦੇ ਨੂੰ ਤੈਨੂੰ? ਮੈਚ ਖੇਡ ਲਿਆ ਕਿ ਨਹੀਂ? ਬਸ ਜਿਹੜਾ ਮਿਹਨਤ ਲਾਉਣਾ ਹੋਊਗਾ ਮੈਚ ਖੇਡੂਗਾ ਜੀ। ਚਲੋ ਭਲਵਾਨਾ ਲਾਓ ਤੀਜਾ ਸੈੱਟ, ਭਲਵਾਨ ਕਹਿੰਦੇ ਆ ਕਿ ਨਹੀਂ ਬਸ ਹੋ ਗਈ ਅੱਜ, ਕਿਉਂਕਿ ਲਗਾਤਾਰ ਕੰਟੀਨਿਊ ਮੈਚ ਖੇਡਦਾ ਹੈ, ਮਹੀਨਾ ਹੋ ਗਿਆ ਮਿਹਨਤ ਲੱਗੀ ਨਹੀਂ ਚੰਗੀ ਤਰ੍ਹਾਂ, ਥੋੜ੍ਹੀ ਬਹੁਤੀ ਪਾਵਰ ਐਕਸਰਸਾਈਜ਼ਾਂ ਕਰਕੇ ਚਲੇ ਜਾਂਦੇ ਹਾਂ, ਅਤੇ ਕੋਈ ਨਹੀਂ ਛੁੱਟੀ ਦੇ ਦਿੰਦੇ ਅੱਜ ਇਹਨਾਂ ਨੂੰ, ਅਜੇ ਵੀ 2 ਐਕਸਰਸਾਈਜ਼ਾਂ ਰਹਿੰਦੀਆਂ, ਫਿਰ ਸਪਿਲਟਾਂ ਲੱਗਣਗੀਆਂ 10-15, ਅਤੇ ਫਿਰ ਅੱਜ ਦੀ ਸਮਾਪਤੀ ਕਰਾਂਗੇ ਸਾਰੀ। ਭਗਵਾਨ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੈ ਸਿਰ ਦੇ ਵਿੱਚ, ਅਤੇ ਫਿਰ ਉਹਨੂੰ ਥੋੜ੍ਹਾ ਰਿਲੈਕਸ ਕਰਨਾ ਪੈਂਦਾ ਹੈ, ਅਤੇ ਅਸੀਂ ਧੰਨਵਾਦ ਕਰਦੇ ਹਾਂ MD ਨਿਊਟ੍ਰੀਸ਼ਨ ਵਾਲੇ ਵੀਰ ਦਾ ਵੀ, ਜਿਹਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ, ਅਤੇ ਆਹ ਮੁੰਡਾ ਤਿਆਰ ਕੀਤਾ ਇੱਕ ਨਾਲ ਵੀਰ ਦੀ ਸਪੋਰਟ ਨਾਲ, ਅਤੇ ਇੱਕ ਉਹ ਮੁੰਡਾ ਜੋਬਨ, ਓਪਨ ਦੇ ਵਿੱਚ ਜਲਦੀ ਇਹਨਾਂ ਨੂੰ ਵਾੜਾਂਗੇ, ਇੱਕ ਹੈਪੀ ਆ ਓਪਨ ਦੇ ਵਿੱਚ ਵਾੜਾਂਗੇ, ਇੱਕ ਅਰਜਨ, ਅਤੇ ਮਹਾਰਾਜ ਕਿਰਪਾ ਕਰੇ ਜਿੱਦਣ ਓਪਨ ਵਾਲੇ ਮੈਚ ਖੇਡ ਲਏ ਇਹਨਾਂ ਨੇ, ਅਤੇ ਉੱਦਣ ਹੀ ਯੂਰਪ ਦਾ ਟੂਰ ਆ ਕਿ ਇਹਨਾਂ ਦਾ ਫਾਈਨਲ ਪੱਕਾ ਹੈ, ਗੁਰੂ ਸਾਹਿਬ ਕਿਰਪਾ ਕਰਨ ਯੂਰਪ ਖੜਾਵਾਂਗੇ ਇਹਨਾਂ ਵੀਰ ਚੌਵਾਂ ਵੀਰਾਂ ਨੂੰ। ਆਹ ਸਾਡਾ ਵੀਰ ਭੋਲਾ, ਵਾਲੀਬਾਲ ਦਾ ਅਤੇ ਕ੍ਰਿਕਟ ਦਾ ਮੇਰੇ ਵਰਗਾ ਸ਼ੌਕੀਨ ਆ, ਗਰਾਊਂਡ ਰਨਿੰਗ ਰੁਨਿੰਗ ਕਰਨ ਆਇਆ ਅਤੇ ਸਾਥੀ ਦੀ ਵੇਟ ਕਰ ਰਿਹਾ, ਅਤੇ ਵੀਰ ਬਹੁਤ ਵਧੀਆ ਕੰਮ ਵੀ ਕਰਦਾ, ਬੱਤੀ ਦਾ, ਵਾਇਰਿੰਗ ਦਾ, ਪਲੰਬਿੰਗ ਦਾ, ਅਤੇ ਮਿਹਨਤੀ ਇਨਸਾਨ ਹੈ ਬਹੁਤ ਵਧੀਆ। ਅਤੇ ਕਿੱਦਾਂ ਵੀਰ ਆਪਣੇ ਮੁੰਡੇ ਕਿੱਦਾਂ ਮਿਹਨਤ ਕਰਦੇ ਆ? ਹਾਂਜੀ, ਇੱਦਾਂ ਹੀ ਤੁਸੀਂ ਥੋੜ੍ਹੀ ਜਿਹੀ ਥੜੀ ਆਪਣੀ ਉੱਚੀ ਵੇਖਣੀ ਆ, ਜਾਂ ਥੜੀ ਬਣਾ ਲੈਣੀ ਮਿੱਟੀ ਪਾ ਕੇ, ਜਾਂ ਪਿੰਡ ਦੇ ਤਕਰੀਬਨ ਟੈਂਕੀਆਂ ਕੋਲ ਗਰਾਊਂਡ ਹੁੰਦੀ ਆ, ਅਤੇ ਐਕਸਰਸਾਈਜ਼ ਵੀ ਬਹੁਤ ਜ਼ਰੂਰੀ ਆ, ਪੱਟਾਂ ਦੀ ਪਾਵਰ ਲਈ, ਰੇਡਰ ਲਈ ਵੀ, ਅਤੇ ਸਟੋਪਰ ਲਈ ਵੀ ਬਹੁਤ ਪਾਵਰ ਹੈ। ਥੱਲੇ ਜਾਣਾ ਹੈ, ਥੱਲੇ ਉਦੋਂ ਜੰਪ ਲੈ ਕੇ ਜਿਹੜਾ ਉੱਤੇ ਆਉਣਾ, ਅਤੇ ਬਹੁਤ ਪਾਵਰ ਵਾਲੀ ਐਕਸਰਸਾਈਜ਼ ਆ, ਬਹੁਤ ਚੰਗੇ ਤਰੀਕੇ ਨਾਲ ਲਾਓਗੇ, ਅਤੇ ਇਹਦੇ ਵੀ 3 ਸੈੱਟ ਲਾਉਣੇ ਆਪਾਂ 15-20 ਵੀਰੇ, ਪਾਵਰ ਐਕਸਰਸਾਈਜ਼ ਵਿਦ ਪੱਤਾਂ ਦੀ, ਪੱਟਾਂ ਦੇ ਵਿੱਚੋਂ ਅੱਗ ਨਿਕਲੂਗੀ ਇਹਦੇ ਨਾਲ। ਲਾਓ ਲਾਓ ਦੂਜਾ ਸੈੱਟ, ਥੱਲੇ ਬਹਿ, ਥੱਲੇ ਪੈਂਦਾ ਨਹੀਂ ਆ, ਥੱਲੇ ਬਹਿ ਕੇ ਤਾਂ ਫਿਰ ਫੇਰ ਹੀ ਪੱਟਾ ਜਾਣ ਪਊ, ਥੱਲੇ ਬਹਿ। ਚੱਲ ਜੋਬਨ, ਸ਼ਾਬਾਸ਼, ਮੁੰਡੇ ਸਾਰੇ ਮਿਹਨਤੀ ਆ, ਮਿਹਨਤ ਦਾ ਫਲ ਤਕਰੀਬਨ ਪਰਮਾਤਮਾ ਦਿੰਦੇ ਦਿੰਦਾ। ਕਮਾਂਡਰ ਸਾਹਿਬ ਡੰਡਾ ਲੈ ਕੇ ਚੜ੍ਹੇ ਬੰਦਿਆਂ ਦੇ, ਕਮਾਂਡਰ ਸਾਹਿਬ ਖਿੱਚ ਕੇ ਰੱਖੋ ਇਹਨਾਂ ਨੂੰ, ਖਿੱਚ ਕੇ ਯਾਰ ਜੀ, ਚਲੋ ਜੀ ਮੈਨੂੰ। ਤੀਜਾ ਸੈੱਟ ਆ ਭਲਵਾਨਾਂ ਦਾ ਹੋ ਗਿਆ ਸ਼ੁਰੂ,
ਤੇ ਤੋਂ ਬਾਅਦ ਲਵਾਂਗੇ ਪਿੰਜਰਾਂ ਦੀ ਐਕਸਰਸਾਈਜ਼। ਚਲੋ 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 ਭਲਵਾਨਾ ਚਲੋ, ਪੱਟਾਂ ਪੁੱਟਾਂ ਦੀ ਤਿਆਰੀ ਬੰਦਿਆਂ ਦੀ ਪੂਰੀ ਆ ਆਪਣੀ, ਥੋੜ੍ਹਾ ਜਿਹਾ ਖੁਰਾਕ ਪੱਖੋਂ ਟੁੱਟਦੇ ਆ। ਪਿੰਜਰ ਲਾਉਣੇ ਆ, ਉਹ ਕਿੱਦਾਂ ਲਾਉਂਦਾ? ਇੱਦਾਂ ਆਪਾਂ ਪਿੰਜਰ ਲਾਉਣੇ ਆ, ਜਦੋਂ 50 ਸੈੱਟ ਲਾਉਣੇ, ਜਦੋਂ ਆ ਪਿੰਜਰਾਂ ਦੇ ਵਿੱਚ ਪੂਰੀ ਇੱਥੇ ਸਾੜ ਨਿਕਲ ਲੱਗ ਪੈਣਾ, ਆਹ ਚੀਜ਼ ਦੇ ਵਿੱਚ ਪੂਰੀ ਜਾਨ ਨਿਕਲ ਲੱਗ ਪਏ। ਉਹ ਤੋਂ ਬਾਅਦ ਹੀ ਆਪਾਂ ਕੋਸ਼ਿਸ਼ ਕਰਨੀ ਆ ਕਿ ਆਪਾਂ 10 ਵੀ ਲਾਈਏ, ਜਦੋਂ ਪੂਰਾ ਸੇਕ ਨਿਕਲ ਲੱਗ ਪਏ, ਪੈਰ ਜੋੜ ਕੇ ਥੋੜ੍ਹਾ ਪਿਉੜਾ ਪਿੱਛੇ ਕਰਕੇ, ਇਹਦਾ ਜਿਹੜਾ ਪਿੰਜਰ ਦਾ ਗਰੋਥ ਆ ਅਤੇ ਪਿੰਜਰ ਦੇ ਵਿੱਚ ਪਾਵਰ ਆ ਪੂਰੀ ਪਊਗੀ। ਅਤੇ ਇਹ ਲਾਓਗੇ ਤਾਂ ਬਹੁਤ ਹੀ ਕੰਮ ਪਾਵਰਫੁਲ ਐਕਸਰਸਾਈਜ਼ ਆ ਪਿੰਜਰਾਂ ਵਾਸਤੇ, ਅਤੇ ਪਿੰਜਰਾਂ ਦੀ ਗਰੋਥ ਜਿਹੜੀ ਬਹੁਤ ਜ਼ਿਆਦਾ ਛੇਤੀ ਹੁੰਦੀ ਇਹਦੇ ਨਾਲ। ਅਤੇ ਲਾਉਣ ਤੋਂ ਬਾਅਦ ਜਦੋਂ ਪੂਰੀ ਖਿੱਚ ਪੈਣ ਲੱਗ ਪੈਣੀ ਇਹਦੇ ਵਿੱਚ, ਆਪਣੇ ਮਹਿਸੂਸ ਹੋਣ ਲੱਗ ਪਏ ਕਿ ਬੰਦਾ ਮਹਾਂ ਤੁਰਦਾ, ਪੈਰ ਜਿਹਾ ਧੋ ਗਏ, ਅਤੇ ਸਮਝ ਲਓ ਕਿ ਸਾਡੀ ਜਿਹੜੀ ਐਕਸਰਸਾਈਜ਼ ਪੂਰੀ ਲੱਗ ਗਈ ਆ। ਇੱਦਾਂ ਸੈੱਟ ਲਾਉਂਦੇ ਮੁੰਡੇ ਬੋਡੀ ਵੇਟ ਪਾ ਕੇ ਸਾਰਾ, ਅਤੇ ਇਹ ਤੋਂ ਬਾਅਦ ਆਪਾਂ ਇਹਨਾਂ ਲਵਾਵਾਂਗੇ ਸਪਲਟਾਂ ਹੀਟਾਂ। ਅਤੇ ਥੋੜ੍ਹੀ ਜਿਹੀ ਆਪਾਂ ਢਿੱਲ ਦਿੱਤੀ ਸੀ ਕਿਉਂਕਿ ਥੋੜ੍ਹੀ ਬਹੁਤੀ ਅੱਗੇ ਮਿਹਨਤ ਲਾਉਂਦੇ ਸੀ ਅਤੇ ਮੈਚਾਂ ਕਰਕੇ ਮਿਹਨਤ ਘੱਟ ਲੱਗੀ ਆ। ਹੁਣ ਸ਼ਾਮਾਂ ਦੀ ਮਿਹਨਤ ਕਰਤੀ, ਹੋਰ ਵੀ ਵੀਰ ਆ ਰਹੇ ਆਪਣੇ ਕੋਲ ਮਿਹਨਤ ਲਾਉਣ, ਮੋਰਨਿੰਗ ਕਰਕੇ ਕੋਈ ਆਉਂਦਾ ਨਹੀਂ ਸੀ ਤੜਕੇ 3 ਵਜੇ ਕਰਕੇ। ਬਾਕੀ ਵੀਰ ਤਾਂ ਚਲੋ ਦੂਰੋਂ ਆ ਜਾਂਦੇ ਸੀ ਪਰ ਕਈ ਬੰਦੇ ਨਹੀਂ ਆਉਂਦੇ, ਤੁਹਾਨੂੰ ਪਤਾ ਹੀ ਆ, ਅਤੇ ਇਸੇ ਕਰਕੇ ਸ਼ਾਮਾਂ ਦੀ ਮਿਹਨਤ ਕੀਤੀ ਆ। ਆਹ ਵੀਰ ਆਪਣਾ ਕਾਲਜਮੇਟ ਕੁਲਵਿੰਦਰ ਸਿੰਘ, ਸਟੱਡੀ ਕੀਤੀ ਹੈ, BAMA ਪਾਸ ਨੇ, ਅਤੇ ਗ੍ਰਿਸਤੀ ਜੀਵਨ ਦੇ ਵਿੱਚ ਪੈ ਗਿਆ, ਅਤੇ ਹੁਣ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਗਰਾਊਂਡ ਆਉਂਦੇ ਆ ਪਿੰਡ ਵਾਲੇ ਗੁੰਕਲਾਂ ਤੋਂ। ਬਹੁਤ ਵਧੀਆ ਵੀਰ ਆ, ਅਤੇ ਬੜੇ ਇਹਨਾਂ ਤੋਂ ਆਪਾਂ ਅਨੁਭਵ ਲਈਦੇ ਆ ਹਮੇਸ਼ਾ ਹੀ ਜ਼ਿੰਦਗੀ ਦੇ, ਕਿ ਖੇਤੀਬਾੜੀ ਸੰਬੰਧੀ ਇਹਨਾਂ ਨੂੰ ਪੁੱਛ ਲਈਦਾ, ਚੰਗਾ ਆਪਾਂ ਨੂੰ ਗਾਈਡ ਕਰਦੇ ਸਾਰਿਆਂ ਨੂੰ। ਜਿਹੜਾ ਪਿੰਜਰ ਦੀ ਐਕਸਰਸਾਈਜ਼ ਕੰਟੀਨਿਊ ਜਾ ਰਹੀ, ਉਦੋਂ ਦੀ ਬੰਦੇ ਲਾ ਰਹੇ ਆ, ਪਿੰਜਰ ਦੀ ਗਰੋਥ ਬਹੁਤ ਛੇਤੀ ਹੋਊਗੀ ਜੇ ਐਕਸਰਸਾਈਜ਼ ਲਾਓਗੇ ਨਾ ਤੁਸੀਂ, ਅਤੇ ਪਾਵਰ ਆਊਗੀ। ਸੇਕ ਨਿਕਲ ਤੋਂ ਬਾਅਦ ਵੀ 15-20 ਲਾਓਗੇ, 30 ਲਾਓਗੇ, ਤਾਂ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜੂਗਾ ਕਿ ਐਕਸਰਸਾਈਜ਼ ਜਿਹੜੀ ਹੋ ਰਹੀ ਆ ਕਿਸ ਚੀਜ਼ ਦੀ ਹੋ ਰਹੀ ਆ। ਬਾਕੀ ਸਾਰੇ ਵੀਰ ਆਓ ਜਿਹੜੇ ਜਿਹੜੇ ਵਲੌਗ ਵੇਖਦੇ ਆ, ਪਿੰਡ ਨਵਾਂ ਪਿੰਡ, ਪਿੰਡ ਫਤਿਹਪੁਰ, ਫਤਿਹਪੁਰ ਨਵਾਂ ਪਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ, ਨਜ਼ਦੀਕ ਪਿੰਡ ਅਲਗੋਂ, ਕੋਈ ਪੈਸਾ ਨਹੀਂ ਲਵਾਂਗੇ, ਫ੍ਰੀ ਐਕਸਰਸਾਈਜ਼ ਕਰਾਵਾਂਗੇ, ਜਿਹੜਾ ਬੰਦਾ ਮਿਹਨਤੀ ਹੋਊਗਾ। ਅਤੇ ਇੱਕ ਗੱਲ ਹੋਰ, ਅਸੀਂ ਫੋਨ ਤਾਂ ਥੋੜ੍ਹੀ ਜਿਹੀ ਬੰਦਿਸ਼ ਲਾਉਣੇ ਬੰਦੇ 'ਤੇ ਕਿ ਕੁੜੀਆਂ ਨੂੰ ਜਿਹੜਾ ਬੰਦਾ ਫੋਨ ਨਹੀਂ ਕਰਦਾ ਉਹਦੇ ਮੈਂ ਲਵਾਉਂਦੇ ਹਾਂ, ਜਿਹੜਾ ਇੱਥੇ ਮਿਹਨਤ ਲਾ ਕੇ ਸ਼ਾਮ ਨੂੰ ਜਾ ਕੇ ਕੁੜੀਆਂ ਨੂੰ ਫੋਨ ਕਰੀ ਜਾਊਗਾ, ਅਤੇ ਉਹ ਬੰਦੇ ਨੂੰ ਅਸੀਂ ਥੋੜ੍ਹਾ ਜਿਹਾ ਪਰਹੇਜ਼ ਹੀ ਰੱਖਦੇ ਹਾਂ। ਇਹ ਸਾਰੇ ਬੰਦੇ ਬ੍ਰਹਮਚਾਰੀ ਆ ਇਸ ਟਾਈਮ, ਸਾਰਿਆਂ ਨੇ ਬਾਬਾ ਭਾਈ ਝਾੜੂ ਸਾਹਿਬ ਇੱਥੇ ਸਹੁੰ ਖਾਧੀ ਆ, ਇੱਕ ਆਹਦ ਲਿਆ ਹੈ ਕਿ ਜਿੰਨਾ ਚਿਰ ਅਸੀਂ ਤਗੜੇ ਨਹੀਂ ਹੁੰਦੇ ਉਹਨਾਂ ਚਿਰ ਇੰਨਾ ਮਾੜੇ ਕੰਮਾਂ 'ਤੇ ਬਿਲਕੁਲ ਧਿਆਨ ਨਹੀਂ ਦੇਣਾ, ਕਿ ਜਨਾਨੀਬਾਜ਼ ਨਹੀਂ ਕਰਾਂਗੇ, ਕੋਈ ਮਾਸਟਰਬੇਸ਼ਨ ਨਹੀਂ ਕਰਾਂਗੇ, ਕੋਈ ਐਰਾ ਵਗੈਰਾ ਕੁਛ ਨਹੀਂ, ਬਸ ਫੋਕਸ ਰੱਖਿਆ ਅਤੇ ਮਿਹਨਤ ਰੱਖਿਆ ਇਹਨਾਂ ਨੇ ਸਾਰੇ ਮੁੰਡਿਆਂ ਨੇ। ਅਤੇ ਪਰਮਾਤਮਾ, ਵਾਹਿਗੁਰੂ, ਅਕਾਲ ਪੁਰਖ ਇਹਨਾਂ ਨੂੰ ਤਰੱਕੀ ਬਖਸ਼ੇ। ਅਤੇ ਕਿੰਨੇ ਕਿੰਨੇ ਸੈੱਟ ਹੋ ਗਏ ਆ? ਚਲੋ ਆਓ ਹੀਟਾਂ ਲਾਓ ਫਿਰ। ਆਹ ਭਲਵਾਨ ਆਏ ਆ, ਹੀਰਾ ਸਿੰਘ ਸਾਡਾ ਪਹਿਲੋਂ ਰੇਡਰ ਹੁੰਦਾ ਸੀ, ਤਾਂ ਢਿੱਲੋ ਭਲਵਾਨ, ਅਤੇ ਤਗੜਾ ਇਹਨੇ ਹੋ ਜਾਣਾ ਸੀ, ਅਤੇ ਪਰ ਇਹ ਫੋਨ ਦਾ ਖੜਾ ਹੀ ਨਹੀਂ ਛੱਡਦਾ ਗਰਾਊਂਡ ਦੇ ਵਿੱਚ ਆ ਕੇ ਵੀ, ਤਾਂ ਕਰਕੇ ਇਹਨੂੰ ਕਿਹਾ ਕਿ ਫੋਨ ਰੱਖ ਦਿਆ ਕਰ ਅਤੇ ਮਿਹਨਤ ਲਾਇਆ ਕਰ, ਮਹਾਰਾਜ ਨੇ ਤਰੱਕੀ ਤਾਂ ਹੀ ਦੇਣੀ ਆ ਹੌਲੀ ਹੌਲੀ। ਚਲੋ ਕੰਮ ਕਰਾਂ ਤੋਂ ਆਪਦੇ ਆਉਂਦੇ ਸੰਕੋਚ ਕੇ, ਮਿਹਨਤੀ ਇਨਸਾਨ ਆ ਸਾਰੇ, ਅਤੇ ਕੰਮ ਕਾਰ ਕਰਕੇ ਫਿਰ ਹੀ ਮਿਹਨਤ ਹੁੰਦੀ ਆ, ਘਰਾਂ ਦੇ ਗੁਜ਼ਾਰੇ ਕਰਨੇ ਕਿੰਨੇ ਔਖੇ ਹੋ ਜਾਂਦੇ ਆ, ਦਿਹਾੜੀ ਕਰਕੇ ਆਏ ਆ ਬੰਦੇ,
ਫਿਰ ਆ ਕੇ ਸ਼ਾਮ ਨੂੰ ਮਿਹਨਤ ਲਾਉਂਦਾ ਗਰਾਊਂਡ ਆਏ ਆ ਅਤੇ ਆਹ ਵੀ ਵਾਇਰਿੰਗ ਦਾ ਕੰਮ ਕਰਦਾ ਅਤੇ ਵੀ ਦਿਹਾੜੀ ਕਰਕੇ ਆਇਆ ਹੁਣ ਆਪਦਾ ਕੰਮ ਕਰ ਸੰਕੋਚ ਕੇ ਚੱਲ ਚਲੋ ਭਰਵਾਣਾ ਲਾਓ ਲਾਓ ਸਪਿਲਟ ਸਪਿਲਟਾਂ ਹੀਟਾਂ ਲਵਾਵਾਂਗੇ 10 ਕੁ ਉਤਰਾ ਆਪਾਂ ਲਵਾਉਣੇ 20 ਹੀਟਾਂ ਲਵਾਉਣੇ ਆ ਅਤੇ ਪਰ ਅੱਜ 10 ਕੁ ਲਵਾਵਾਂਗੇ ਕਿਉਂਕਿ ਬੰਦੇ ਖਿੱਚੇ ਗਏ ਆ ਥੋੜ੍ਹੇ ਜਿਹੇ ਥੋੜ੍ਹੀ ਜਿਹੀ ਲਾਗੋਂ ਖਿੱਚ ਫੇਸ ਫੂਸ ਫੇਸ ਹੋਣ ਅਵੇਲੇਬਲ ਕਿੱਦਾਂ ਭਲਵਾਨ ਛੇਤੀ ਛੇਤੀ ਪਹੁੰਚਿਆ ਕਰੋ ਨਾ ਲੈ ਥੋੜ੍ਹੀ ਥੋੜ੍ਹੀ ਰਨਿੰਗ ਕਰਕੇ ਤੁਹਾਨੂੰ ਫ੍ਰੀ ਕਰੀਏ ਬਾਅਦ 'ਚ ਥੱਕ ਗਏ ਜੇ ਮਿਹਨਤ ਆ ਜਿਹੜੀ ਗਈ ਆ ਅਲੱਗ ਬੰਦਿਆਂ ਦੀ ਇੱਧਰ ਆ ਜਾਓ ਆ ਜਾਓ ਆ ਜਾਓ ਆ ਜਾਓ ਇੱਧਰ ਸਾਰੇ ਜਣੇ ਰਿਕਵਰੀ ਵਾਲੇ ਅਤੇ ਸਾਰੇ ਜਣੇ ਆਪਦੀ ਆਪਦੀ ਰਿਕਵਰੀ ਕਰਨਗੇ ਅਤੇ ਇੱਕ ਆਉਣ ਵਾਲੇ ਬੰਦਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਆਪਦੀ ਡਾਇਟ ਲੈ ਕੇ ਆਉਣੀ ਆ ਛੋਲੇ ਭਿੱਜੇ ਹੋਣ ਆਂਡੇ ਉਂਡੇ ਹੋਣ ਕੇਲੇ ਹੋਣ ਗੇਨਰ ਜਾਂ ਪ੍ਰੋਟੀਨ ਜਿਹੜੀ ਕਿ ਆਪਾਂ ਇੰਨੀ ਮਿਹਨਤ ਲਾਉਣ ਤੋਂ ਬਾਅਦ ਇੰਸਟੈਂਟ ਰਿਕਵਰੀ ਕਰ ਲਈਏ ਆਪਾਂ ਕਿਹੜਾ ਆਪਣਾ ਮਸਲ ਆ ਜਿਹੜਾ ਖਰਾਬ ਨਾ ਹੋਵੇ ਮਸਲ ਮਿਹਨਤ ਇੰਨੀ ਲਾਵਾਂਗੇ ਅਤੇ ਉਹਦੇ ਵਿੱਚ ਕੋਈ ਡਾਇਟ ਜਾਊਗੀ ਕੋਈ ਪ੍ਰੋਟੀਨ ਜਾਊਗਾ ਅਤੇ ਫਿਰ ਹੀ ਮਸਲ ਗਰੋਥ ਹੋਣਾ ਅਤੇ ਹਾਂਜੀ ਡਾਇਟ ਲਿਆਂਦੀ ਵੀਰ ਕੱਢੋ ਕੱਢੋ ਖਾਓ ਕਿਉਂਕਿ ਡਾਇਟ ਖਾਣਗੇ ਤਾਂ ਰਿਕਵਰੀ ਹੋਣੀ ਸਾਰੀ ਅਤੇ ਹੁਣ ਥੋੜ੍ਹਾ ਸਾਹ ਲੈਂਦੇ ਆ ਕਿੱਦਾਂ ਭਲਵਾਨਾ ਰਹੀ ਮਿਹਨਤ ਅੱਜ ਦੀ ਅਤੇ ਹੁਣ ਆਪਾਂ ਰੋਜ਼ਾਨਾ ਇੱਦਾਂ ਲਾਇਆ ਕਰਨੀ ਆ ਭਾਵੇਂ ਮੈਚ ਆ ਭਾਵੇਂ ਨਹੀਂ ਆਪਾਂ ਸ਼ਡਿਊਲ ਆਪਣਾ ਜਿਹੜਾ ਰੈਡੀ ਕਰਨਾ ਹੈ ਆਹ ਮਿਹਨਤ ਬੋਲਦੀ ਮੁੰਡਿਆਂ ਦੀ ਜਿਹੜਾ ਸ਼ਰਟਾਂ ਦੇ ਵਿੱਚ ਪਸੀਨੇ ਨਿਚੋੜੇ ਜਾ ਰਹੇ ਆ ਅਤੇ ਕਿੱਦਾਂ ਆਪਦੇ ਆਪਦੀ ਡਾਇਟ ਕੱਢੋ ਸਾਰੇ ਜਾਣੇ ਕਿੱਥੇ ਆ ਕਿੱਦਾਂ ਭਲਵਾਨਾ ਇਹ ਸਾਡਾ ਜਾਲ ਮਜਾਫੀ ਆ ਅਤੇ ਵਿੱਚੋਂ ਜੇ ਆਉਂਦਾ ਫਿਰ ਭੱਜ ਜਾਂਦਾ ਹੈ ਆਸ਼ਕ ਪੱਠਾ ਥੋੜ੍ਹਾ ਜਿਹਾ ਅਤੇ ਘਰ ਦੇ ਭੇਜਦੇ ਕਿ ਮਿਹਨਤ ਮੁਹਨਤ ਲਾਊਗਾ ਪਰ ਹੌਲੀ ਹੌਲੀ ਇਹਨੂੰ ਸੈੱਟ ਕਰ ਦਾਂਗੇ ਆਪਾਂ ਜੇ ਲਗਾਤਾਰ ਆਊਗਾ ਤਾਂ ਹਮੇਸ਼ਾ ਹੀ ਮਿਹਨਤ ਦੇ ਨਾਲ ਮਲਟੀ ਵਿਟਾਮਿਨ ਓਮੇਗਾ 3 ਫਿਸ਼ ਆਇਲ ਜਾਂ RMG ਜਿੰਕ ਇੱਦਾਂ ਦੀਆਂ ਚੀਜ਼ਾਂ ਖਾਇਆ ਕਰੋ ਕਿਉਂਕਿ ਜਿੰਨੇ ਆਪਾਂ ਮੰਨ ਲਓ ਸਟੀਰੋਇਡ ਖਾ ਲੈਂਦੇ ਹਾਂ ਜਿੰਨੇ ਦਾ ਅਤੇ ਉਸ ਤੋਂ ਬਾਅਦ ਆਪਾਂ ਨੂੰ ਸਪਲੀਮੈਂਟ ਖਾਣ ਦੀ ਜ਼ਰੂਰਤ ਪੈਂਦੀ ਆ ਕਿਉਂਕਿ ਜਿਹੜਾ ਇਕੱਲਾ ਸਟੀਰੋਇਡ ਉਹ ਵੀ ਹੱਡ ਖੱਚੇ ਕਰਦਾ ਹੈ ਸਪਲੀਮੈਂਟ ਜ਼ਰੂਰ ਨਾਲ ਖਾਇਆ ਕਰੋ ਰਿਕਵਰੀ ਜ਼ਰੂਰ ਕਰਿਆ ਕਰੋ ਸਾਰੇ ਵੀਰ ਹੋ ਗਏ ਇਕੱਠੇ ਚਲੋ ਬਈ ਕਰੋ ਆਪਣੀ ਆਪਣੀ ਰਿਕਵਰੀ ਇੱਧਰ ਵੀਰ ਨੇ ਛਿਲ ਅਤੇ ਕੇਲੇ ਅਤੇ ਉੱਧਰ ਸ਼ੇਖਰ ਘੁੰਮਣ ਲੱਗ ਪਏ ਆ ਅਤੇ ਰਿਕਵਰੀ ਪ੍ਰੋਟੀਨ ਪ੍ਰੋਟੀਨ ਮੁੰਡੇ ਲੈ ਆਉਂਦੇ ਆ ਅਤੇ ਸਾਰੇ ਮਿਹਨਤੀ ਮੁੰਡੇ ਆ ਦਿਹਾੜੀ ਦੱਪਾ ਕਰਕੇ ਆਪਣਾ ਚਲੋ ਸ਼ਾਮ ਨੂੰ ਮਿਹਨਤ ਲਾਉਣ ਲੱਗੇ ਮੋਰਨਿੰਗ ਟਾਈਮ ਆਉਂਦੇ ਸੀ ਅਤੇ ਅੱਜ ਦਾ ਜਿਹੜਾ ਆਪਾਂ ਸੰਕੋਚ ਕਰਦੇ ਹਾਂ ਕਲੋਜ਼ ਕਰਦੇ ਹਾਂ ਜਿਹੜਾ ਆਪਣਾ ਵਲੌਗ ਜਿਹੜਾ ਆਪਾਂ ਅੱਜ ਦਾ ਜਿਹੜਾ ਆਪਾਂ ਬੰਦ ਕਰਦੇ ਹਾਂ ਅਤੇ ਇੱਕ ਖੁਸ਼ਖਬਰੀ ਦੀ ਹੋਰ ਗੱਲ ਆ ਕਿ ਸਾਡੇ ਪਿੰਡ ਦੀ ਆਨ ਅਤੇ ਸਾਡੇ ਪਿੰਡ ਦੀ ਸ਼ਾਨ ਮਿੱਠੂ ਭਲਵਾਨ ਤੁਸੀਂ ਆਮ ਹੀ ਮੈਚਾਂ ਦੇ ਵਿੱਚ ਵੇਖਿਆ ਹੋਊਗਾ ਮਿੱਠੂ ਭਲਵਾਨ ਇਹਨੂੰ ਗੱਗੀ ਕਹਿੰਦੇ ਆ ਪਿਆਰ ਨਾਲ ਵੀਰ ਕੰਮ 'ਤੇ ਚਲ ਗਿਆ ਸੀ ਗੱਗੀ ਬੜੇ ਚਿਰ ਬਾਅਦ ਆਇਆ ਹੈ ਹੋਰ ਭਲਵਾਨ ਜੀ ਕੀ ਹਾਲ ਜੀ ਕਿੱਥੇ ਸੀ ਇੰਨਾ ਚਿਰ ਬੜੀ ਦੂਰ ਚਲ ਗਿਆ ਇਹ ਭਲਵਾਨ ਦਾ ਪਿੱਛਾ ਚੈੱਕ ਕਰੋ ਕਿੰਨਾ ਚੌੜਾ ਸੀ ਹਾਸਮੁੱਖ ਬੰਦਾ ਹੈ ਅਤੇ ਬਹੁਤ ਵਧੀਆ ਕੌਡੀਆਂ ਪਾਉਂਦਾ ਸੀ ਰੌਣਕ ਮੇਲਾ ਕਰਦਾ ਸੀ ਅਤੇ ਬੜੇ ਚਿਰ ਬਾਅਦ ਆਇਆ ਹੈ